ਨਮਸਕਾਰ ਪ੍ਰੋਗਰਾਮ ਤਾਰੇ ਆਖਦੇ ਨੇ ਵੇਖ ਰਹੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਾਲ ਸਰਪ ਦੋਸ਼ ਦੇ ਬਾਰੇ। ਸੋ ਪਿਆਰੇ ਦਰਸ਼ਕੋ, ਅੰਤਰਿਕਸ਼ ਯਾਨੀ ਕਿ ਸਕਾਈ ਦੇ ਵਿੱਚ ਗਤੀਸ਼ੀਲ ਸੂਰਜ ਅਤੇ ਹੋਰ ਜਿੰਨੇ ਗ੍ਰਹਿ ਨੇ ਸਾਰੇ ਜਦ ਜਦ ਰਾਹੂ ਕੇਤੂ ਦੇ ਇੱਕ ਸਾਈਡ 'ਤੇ ਆ ਜਾਂਦੇ ਆ, ਰਾਹੂ ਕੇਤੂ ਹਮੇਸ਼ਾ ਆਮਣੇ ਸਾਹਮਣੇ ਹੁੰਦੇ ਆ, ਜਦੋਂ ਗ੍ਰਹਿ ਇੱਕ ਸਾਈਡ 'ਤੇ ਉੱਪਰ ਜਾਂ ਨੀਚੇ ਆ ਜਾਣ ਕਿਸੇ ਵੀ ਸਾਈਡ 'ਤੇ, ਤਦ ਤਦ ਕਈ ਤਰ੍ਹਾਂ ਦੇ ਯੋਗ ਬਣਦੇ ਆ, ਜਿੱਦਾਂ ਲਗਨ ਤੋਂ ਲੈ ਕੇ ਦੂਜੇ ਦੇ ਵਿੱਚ ਆਉਣ, ਤਾਂ ਇਹਨੂੰ ਅਸੀਂ ਸ਼ਕਟ ਯੁੱਗ ਕਹਿੰਦੇ ਹਾਂ। ਜੇ ਕੁੰਡਲੀ ਦੇ ਵਿੱਚ ਸਭ ਗ੍ਰਹਿ ਜਿਹੜੇ ਉਹ ਦ੍ਰਿ ਸੰਭਾਵ ਰਾਸ਼ੀ ਦੇ ਵਿੱਚ ਹੋਣ ਤਾਂ ਇਹਨੂੰ ਨਲ ਯੋਗ ਕਹਿੰਦੇ ਆ, ਸਥਿਰ ਰਾਸ਼ੀ ਦੇ ਵਿੱਚ ਹੋਣ ਤਾਂ ਮੂਸਲ ਯੋਗ ਕਹਿੰਦੇ ਆ, ਚਾਰ ਰਾਸ਼ੀ ਦੇ ਵਿੱਚ ਹੋਵੇ ਤਾਂ ਰੱਜੂ ਯੋਗ ਕਹਿੰਦੇ ਆ। ਸੋ ਸ਼ੁਭ ਗ੍ਰਹਿ ਹੋਣ 'ਤੇ ਇਹਨੂੰ ਮਾਲਾ ਯੋਗ, ਫਿਰ ਸਿਰਫ ਪਾਪ ਗ੍ਰਹਿ ਹੋਣ 'ਤੇ ਇਹਨੂੰ ਸਰਪ ਯੋਗ ਕਹਿੰਦੇ ਆ। ਸੋ ਇਹ ਬਹੁਤ ਇੰਪੋਰਟੈਂਟ ਯੋਗ ਹੈ, ਲੇਕਿਨ ਉਦੋਂ ਪਹਿਲਾਂ ਦੱਸ ਦਈਏ ਕਿ ਅੱਜ ਅਸੀਂ ਜਿਹੜਾ ਹੈਗਾ ਜਿਹੜਾ ਸੁਵਿਧਾ ਕੇਂਦਰ ਹੈ ਪੰਜਾਬ ਪੁਲਿਸ ਦਾ, ਗਿੱਲ ਵਾਲਾ ਸੁਵਿਧਾ ਕੇਂਦਰ, ਸਾਂਝ ਕੇਂਦਰ ਜਿਹਨੂੰ ਕਹਿੰਦੇ ਆ, ਸਦਰ ਥਾਣੇ ਦੇ ਨਾਲ ਲੁਧਿਆਣੇ ਦੇ ਵਿੱਚ, ਉੱਥੇ ਸਵੇਰੇ 9:30 ਵਜੇ ਪੌਦੇ ਲਗਾਉਣ ਲੱਗੇ ਹਾਂ, ਪਲਾਂਟੇਸ਼ਨ ਕਰਨ ਲੱਗੇ ਹਾਂ। ਤਾਂ ਜਿਹੜੇ ਵੀ ਸਾਡੇ ਦਰਸ਼ਕ ਲੁਧਿਆਣਾ ਨੂੰ ਕਲੀਨ ਐਂਡ ਗ੍ਰੀਨ ਬਣਾਉਣਾ ਚਾਹੁੰਦੇ ਆ, ਸਾਡੀ ਇਸ ਮੁਹਿੰਮ ਦੇ ਵਿੱਚ ਸਾਡੇ ਨਾਲ ਜ਼ਰੂਰ ਸ਼ਾਮਿਲ ਹੋਵੋ। ਨਿੱਘਾ ਸੱਦਾ ਤੁਹਾਨੂੰ ਸਾਡੀ ਸੰਸਥਾ ਏਸ਼ੀਅਨ ਕਲੱਬ ਇੰਟਰਨੈਸ਼ਨਲ ਦੇ ਵੱਲੋਂ। ਸੋ ਗੱਲ ਕਰ ਰਹੇ ਹਾਂ ਕਾਲ ਸਰਪ ਯੋਗ ਦੀ। ਕਾਲ ਸਰਪ ਯੋਗ ਜਿਹੜਾ ਰਾਹੂ ਦੇ ਮੁੱਖ ਅਤੇ ਕੇਤੂ ਦੀ ਪੂੰਛ ਦੇ ਵਿੱਚ ਜਦੋਂ ਸਾਰੇ ਗ੍ਰਹਿ ਆਉਂਦੇ ਆ, ਕਾਲ ਸਰਪ ਯੋਗ ਬਣਦਾ। ਰਾਹੂ ਜਾਂ ਕੇਤੂ ਦੇ ਵਿੱਚ ਸਾਰੇ ਹੀ 7 ਗ੍ਰਹਿ ਜਦੋਂ ਆ ਜਾਂਦੇ, ਤਾਂ ਵਾਸਤਵਿਕ ਰੂਪ ਦੇ ਵਿੱਚ ਕਿਸੇ ਵੀ ਸ਼ਾਸਤਰੀ ਗ੍ਰੰਥ ਦੇ ਵਿੱਚ ਇਸ ਯੋਗ ਦਾ ਜ਼ਿਕਰ ਹੀ ਨਹੀਂ ਕੀਤਾ ਗਿਆ। ਲੇਕਿਨ ਵਾਸਤਵਿਕ ਰੂਪ ਦੇ ਵਿੱਚ ਦੇਖਿਆ ਜਾਏ ਤਾਂ ਕਾਲ ਸਰਪ ਯੋਗ ਪਾਪ ਕਰਤਾ ਯੋਗ ਹੁੰਦਾ, ਜਿਹਦੇ ਵਿੱਚ ਸਾਰੇ ਹੀ ਗ੍ਰਹਿਾਂ ਦੇ ਸਾਰੇ ਹੀ ਗ੍ਰਹਿ ਅਸ਼ੁਭ ਗ੍ਰਹਿਾਂ ਦੇ ਵਿੱਚ ਹੁੰਦੇ ਆ। ਸੋ ਇਸ ਯੋਗ ਦਾ ਨਾਮ ਕਾਲ ਸਰਪ ਯੋਗ ਇਸ ਲਈ ਪਿਆ ਕਿਉਂਕਿ ਰਾਹੂ ਨੂੰ ਕਾਲ ਅਤੇ ਸੱਪ ਮੰਨਿਆ ਗਿਆ, ਅਤੇ ਸੱਪ ਦੇ ਕੱਟਣ ਨਾਲ ਮੌਤ ਵੀ ਹੋ ਜਾਂਦੀ ਹੈ। ਕਾਲ ਦਾ ਜਿਹੜਾ ਹੈ ਸ਼ਬਦਿਕ ਅਰਥ ਮੌਤ ਵੀ ਹੁੰਦਾ, ਤਾਂ ਇਸਦਾ ਮਤਲਬ ਕਿ ਜਿਹੜਾ ਮੌਤ ਦੇ ਸਮਾਨ ਡਰਾਵਨਾ ਯੋਗ ਹੋਵੇ ਉਹਨੂੰ ਕਹਿੰਦੇ ਆ ਕਾਲ ਸਰਪ ਦੋਸ਼। ਕੁੰਡਲੀ ਦੇ ਵਿੱਚ ਪੂਰੇ 12 ਭਾਵਾਂ ਦੇ ਮੁਤਾਬਿਕ ਕਾਲ ਸਰਪ ਯੋਗ ਨੂੰ ਵੱਖ ਵੱਖ ਨਾਵਾਂ ਦੇ ਨਾਲ ਅਸੀਂ ਪੁਕਾਰਦੇ ਹਾਂ। ਪਹਿਲਾ ਭਾਵ, ਪਹਿਲੇ ਅਤੇ 7ਵੇਂ ਭਾਵ ਦੇ ਵਿੱਚ ਨਿਰਮਿਤ ਕਾਲ ਸਰਪ ਯੋਗ ਨੂੰ ਅਸੀਂ ਅਨੰਤ ਕਾਲ ਸਰਪ ਯੋਗ ਕਹਿੰਦੇ ਹਾਂ। ਇਹ ਜਿਹੜਾ ਮਨੁੱਖ ਦੇ ਵਿਅਕਤੀਤਵ ਸਰੀਰ ਆਤਮਾ ਅਤੇ ਪਿਤਾ ਦੀ ਮਾਤਾ ਯਾਨੀ ਕਿ ਦਾਦੀ ਦੇ ਜੀਵਨ ਦੇ ਉੱਤੇ ਸਾਰੀ ਉਮਰ ਪ੍ਰਭਾਵਸ਼ਾਲੀ ਰਹਿੰਦਾ ਹੈ। ਸੋ ਕਾਲ ਸਰਪ ਯੋਗ ਜਿਹੜਾ ਹੈਗਾ ਫਾਇਦੇਮੰਦ ਵੀ ਹੁੰਦਾ, ਨੁਕਸਾਨਮੰਦ ਵੀ ਹੁੰਦਾ, ਲੇਕਿਨ ਤੁਹਾਡੀ ਕੁੰਡਲੀ ਦੇਖ ਕੇ ਫੁੱਲ ਐਂਡ ਫਾਈਨਲ ਆਪਾਂ ਉਹਦੇ ਉੱਤੇ ਕੋਈ ਨਾ ਕੋਈ ਕਮੈਂਟ ਕਰ ਸਕਦੇ ਹਾਂ। ਸੋ ਉਹਦੇ ਲਈ ਬੈਸਟ ਹੁੰਦਾ ਕਿ ਜਦੋਂ ਵੀ ਕਾਲ ਸਰਪ ਯੋਗ ਕਿਸੇ ਦੀ ਕੁੰਡਲੀ 'ਚ ਹੋਵੇ, ਉਹਨੂੰ ਟਾਈਮ ਲੈ ਕੇ ਆ ਕੇ ਇੱਕ ਵਾਰੀ ਚੈੱਕ ਕਰਵਾ ਕੇ ਆਸਾਨ ਜਿਹਾ ਉਪਾਅ ਹੁੰਦਾ ਕਰਵਾ ਲੈਣਾ ਚਾਹੀਦਾ। ਹੁਣ ਗੱਲ ਕਰਦੇ ਹਾਂ, ਜਦੋਂ ਵੀ ਤੁਹਾਡੇ ਘਰ ਦੇ ਵਿੱਚੋਂ ਨਲਕੇ ਦੇ ਵਿੱਚੋਂ ਟਪਕਦਾ ਹੋਇਆ ਪਾਣੀ ਹੈਗਾ, ਯਾਨੀ ਕਿ ਲੀਕੇਜ ਹੈਗੀ ਹੈ ਟੈਪਸ ਦੀ, ਇਹਦਾ ਮਤਲਬ ਤੁਹਾਡੀ ਆਰਥਿਕ ਸਮਰਿੱਧੀ ਦੀ ਸਮੱਸਿਆ ਪੈਦਾ ਹੋ ਸਕਦੀ ਹੈ, ਬਿਜ਼ਨਸ 'ਚ ਤਰੱਕੀ ਨਹੀਂ ਹੁੰਦੀ। ਸੋ ਇਸ ਲਈ ਤੁਰੰਤ ਉਹਨੂੰ ਠੀਕ ਕਰਵਾ ਲਓ। ਹੁਣ ਗੱਲ ਕਰਦੇ ਹਾਂ ਰਾਹੂ ਕੇਤੂ ਦੇ ਰਾਸ਼ੀ ਪਰਿਵਰਤਨ ਦੇ ਬਾਰੇ। ਹਾਲ ਹੀ ਦੇ ਵਿੱਚ ਜਿਹੜਾ ਹੋਇਆ, ਅੱਜ ਵਰਿਸ਼ਚਿਕ ਰਾਸ਼ੀ ਵਾਲਿਆਂ ਦੇ ਲਈ ਗੱਲ ਕਰਾਂਗੇ। ਸੋ ਵਰਿਸ਼ਚਿਕ ਰਾਸ਼ੀ ਵਾਲਿਆਂ ਦੀ ਜੇ ਗੱਲ ਕਰਦੇ ਹਾਂ, ਤਾਂ ਉਹਨਾਂ ਨੂੰ ਬਹੁਤ ਘੁੰਮਣ ਫਿਰਨ ਦਾ ਮੌਕਾ ਮਿਲੇਗਾ, ਬਹੁਤ ਮਿਹਨਤ ਕਰਨੀ ਪਏਗੀ, ਪਰ ਨਤੀਜੇ ਸੰਤੋਸ਼ਜਨਕ ਨਹੀਂ ਰਹਿਣਗੇ। ਇਹ ਸਮਾਂ ਬਹੁਤ ਹੀ ਗਹਿਰਾ ਅਨੁਭਵ ਦੇਵੇਗਾ, ਜਿਹੜੇ ਭਵਿੱਖ ਦਾ ਬਹੁਤ ਵੱਡਾ ਇੱਕ ਸਪੋਟ ਹੋ ਸਕਦਾ, ਥੋੜ੍ਹੀ ਜਿਹੀ ਉਹਨਾਂ ਦੀ ਛਵੀ ਜਿਹੜੀ ਹੈਗੀ ਆ ਉਹ ਘੱਟ ਸਕਦੀ ਹੈ, ਯਾਨੀ ਕਿ ਉਹਨਾਂ ਦੇ ਮਾਨ ਮਰਿਆਦਾ ਦੇ ਉੱਤੇ ਵੱਟਾ ਵੀ ਲੱਗ ਸਕਦਾ। ਸੋ ਉਸ ਤੋਂ ਬਾਅਦ ਅਸੀਂ ਦੱਸ ਦਈਏ ਕਿ ਦੋਸਤਾਂ ਦੇ ਨਾਲ ਮਿਲ ਕੇ ਵਰਿਸ਼ਚਿਕ ਰਾਸ਼ੀ ਵਾਲੇ ਨਵਾਂ ਕੰਮ ਸ਼ੁਰੂ ਕਰ ਸਕਦੇ ਆ, ਖੇਲਾਂ ਦੇ ਵਿੱਚ ਜਾਣ ਪਹਿਚਾਣ ਹੋ ਸਕਦੀ ਹੈ, ਇੱਦਾਂ ਹੀ ਉਹਨਾਂ ਦਾ ਜਿਹੜਾ ਅਹੁਦਾ ਹੈਗਾ ਉਹ ਵੱਧ ਸਕਦਾ, ਪਿਤਾ ਦੇ ਗਾਈਡੈਂਸ ਦੇ ਨਾਲ ਉਹਨਾਂ ਦਾ ਭਾਗਯ ਉਦੇ ਹੋ ਸਕਦਾ। ਸੋ ਬਹਿਸ ਤੋਂ ਬਚਿਓ, ਦੁਰਗਾ ਸਪਤਸ਼ਤੀ ਦਾ ਪਾਠ ਜ਼ਰੂਰ ਕਰਦੇ ਰਹੋ। ਸੋ ਤੁਹਾਡੇ ਜਿਹੜਾ ਹੈ ਰਾਹੂ ਦਾ ਗੋਚਰ ਉਹ ਭਾਗਯ ਭਾਵ ਯਾਨੀ ਕਿ 9ਵੇਂ ਦੇ ਵਿੱਚ ਹੋਇਆ। ਸੋ ਰਾਹੂ ਦੀ ਜਿਹੜੀ 5ਵੀਂ ਦ੍ਰਿਸ਼ਟੀ ਲਗਨ ਦੇ ਉੱਤੇ ਹੈ, ਤੋ 7ਵੀਂ ਦ੍ਰਿਸ਼ਟੀ ਜਿਹੜੀ ਪਰਾਕ੍ਰਮ ਅਤੇ 9ਵੀਂ ਜਿਹੜੀ ਆ ਬੁੱਧੀ ਭਾਵ ਦੇ ਉੱਤੇ ਆ। ਵਰਿਸ਼ਚਿਕ ਲਗਨ ਵਾਲਿਆਂ ਦੀ ਅਸੀਂ ਗੱਲ ਕਰ ਰਹੇ ਹਾਂ, ਨੋਟ ਕਰਿਓ। ਸੋ ਉਸ ਤੋਂ ਬਾਅਦ ਬਿਨਾਂ ਸੋਚੇ ਸਮਝੇ ਤੁਸੀਂ ਕੋਈ ਫੈਸਲਾ ਨਾ ਲਈਓ, ਸਿਹਤ ਦਾ ਧਿਆਨ ਰੱਖਿਓ, ਭੈਣ ਭਰਾਵਾਂ ਦੇ ਨਾਲ ਤੁਹਾਡਾ ਕਨਫਿਊਜ਼ਨ ਕੁਛ ਹੋ ਸਕਦਾ, ਤੋ ਲਵ ਅਫੇਅਰਸ ਦੇ ਵਿੱਚ ਦੂਰੀਆਂ ਹੋ ਸਕਦੀਆਂ, ਸੰਤਾਨ ਦੀ ਚਿੰਤਾ ਕਰੋਗੇ, ਵਪਾਰ ਦੇ ਵਿੱਚ ਨਵੀਆਂ ਜਿਹੜੀਆਂ ਸੰਭਾਵਨਾਵਾਂ ਹੈਗੀਆਂ ਉਹ ਆ ਸਕਦੀਆਂ ਤੁਹਾਡੇ। 3 ਤ੍ਰਿਕੋਣ ਭਾਵਾਂ ਨੂੰ ਪ੍ਰਭਾਵਿਤ ਕਰਦਾ ਰਾਹੂ ਤੁਹਾਨੂੰ ਅਧਿਆਤਮ ਵੱਲ ਲੈ ਕੇ ਜਾਏਗਾ, ਪਰ ਉਹਦਾ ਤਰੀਕਾ ਥੋੜ੍ਹਾ ਜਿਹਾ ਡਿਫਰੈਂਟ ਹੋਏਗਾ, ਧਰਮ ਅਤੇ ਸੰਸਕ੍ਰਿਤੀ ਦੇ ਵਿੱਚ ਇੰਟਰਸਟ ਹੋਵੇਗਾ। ਸੋ ਬਹੁਤ ਨੌਲੇਜ ਤੁਸੀਂ ਡੈਪਥ ਤੋਂ ਜਾ ਕੇ ਲਾਓਗੇ। ਸੋ ਇੱਦਾਂ ਦੀਆਂ ਸਥਿਤੀਆਂ ਹੋ ਸਕਦੀਆਂ, ਜੇ ਤੁਹਾਨੂੰ ਲੱਗਦਾ ਕਿ ਇੱਦਾਂ ਦਾ ਗੋਚਰ ਤੁਹਾਨੂੰ ਪ੍ਰੋਬਲਮ ਦੇਣ ਵਾਲਾ, ਤਾਂ ਫੌਰਨ ਤੁਸੀਂ ਟੇਵਾ ਲਿਆ ਕੇ ਦਿਖਾ ਕੇ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਹੋ।
ਸੋ ਜੇ ਤੁਹਾਨੂੰ ਸਾਡਾ ਅੱਜ ਦਾ ਐਪੀਸੋਡ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਅਤੇ ਨਾਲ ਹੀ ਨਾਲ ਤੁਸੀਂ ਸਾਡੇ ਯੂਟਿਊਬ ਚੈਨਲ ਐਸਟ੍ਰੋਲੋਜਰ ਸੁਖਮਿੰਦਰ ਲੁਧਿਆਣਾ ਇੰਡੀਆ ਨੂੰ ਸਬਸਕ੍ਰਾਈਬ ਨਾ ਕਰਨਾ ਭੁੱਲਿਓ ਅਤੇ ਨਾਲ ਹੀ ਨਾਲ ਤੁਸੀਂ ਸਾਡੇ ਪੇਜ ਨੂੰ ਵੀ ਲਾਈਕ ਕਰਿਓ ਫੇਸਬੁੱਕ ਪੇਜ ਨੂੰ ਤਾਂ ਕਿ ਲੇਟੈਸਟ ਅਪਡੇਟਸ ਸਾਨੂੰ ਮਿਲਣ ਅਤੇ ਵਟਸਐਪ 'ਤੇ ਐਡ ਕਰਨ ਦੇ ਲਈ ਆਪਣਾ ਨਾਮ ਸਿਟੀ ਨੇਮ ਕੰਟਰੀ ਨੇਮ ਤੁਸੀਂ ਸਾਨੂੰ ਭੇਜ ਸਕਦੇ ਹਾਂ। ਹੁਣ ਅੱਜ ਦਾ ਰਾਸ਼ੀਫਲ ਮੇਸ਼ ਰਾਸ਼ੀ ਵਾਲੇ ਜਾਤਕ ਜਿਹੜੇ ਨੇ ਅੱਜ ਦੂਰ ਦੁਰਾਡੇ ਦੀ ਧਾਰਮਿਕ ਯਾਤਰਾ 'ਤੇ ਜਾ ਸਕਦੇ ਹਾਂ। ਵਰਿਸ਼ ਰਾਸ਼ੀ ਵਾਲੇ ਨਾਮ ਮਾਨ ਸਨਮਾਨ ਖਰਾਬ ਹੋ ਸਕਦਾ। ਮਿਥੁਨ ਰਾਸ਼ੀ ਵਾਲੇ ਬਹੁਤ ਹੀ ਭੱਜ ਦੌੜ ਭਰਿਆ ਸਮਾਂ ਹੈ, ਜਦਕਿ ਕਰਕ ਰਾਸ਼ੀ ਵਾਲੇ ਕੋਈ ਪ੍ਰਿਯ ਵਸਤੂ ਗੁੰਮ ਹੋ ਸਕਦੀ ਹੈ। ਸਿੰਘ ਰਾਸ਼ੀ ਵਾਲਿਆਂ ਨੂੰ ਕਿਸਮਤ ਦਾ ਸਤਾਰਾ ਟੈਨਸ਼ਨ ਭਰਿਆ ਹੋ ਸਕਦਾ, ਜਦਕਿ ਕੰਨਿਆ ਰਾਸ਼ੀ ਵਾਲੇ ਜਾਤਕ ਜਿਸ ਤਰਫ ਜਾਓਗੇ ਤੁਹਾਡੀ ਜੈ ਜੈਕਾਰ ਹੋਏਗੀ। ਤੁਲਾ ਰਾਸ਼ੀ ਵਾਲਿਆਂ ਦੇ ਲਈ ਮਨ ਚਾਹੇ ਸਟੱਡੀ ਕੋਰਸਿਸ ਦੇ ਵਿੱਚ ਦਾਖਲਾ ਲੈ ਸਕਦੇ ਹਾਂ। ਵਰਿਸ਼ਟਿਕ ਰਾਸ਼ੀ ਵਾਲੇ ਕਿਸਮਤ ਅੱਜ ਬਹੁਤ ਵਧੀਆ ਹੋ ਸਕਦੀ ਹੈ। ਤਨੂ ਰਾਸ਼ੀ ਵਾਲੇ ਨਵੇਂ ਗਹਿਣੇ ਖਰੀਦ ਸਕਦੇ ਹਾਂ। ਮਕਰ ਰਾਸ਼ੀ ਵਾਲੇ ਅੱਜ ਸ਼ਤਰੂ ਹਾਵੀ ਪ੍ਰਭਾਵੀ ਰਹਿ ਸਕਦੇ ਹਾਂ। ਕੁੰਭ ਰਾਸ਼ੀ ਵਾਲੇ ਜਿਸ ਤਰਫ ਜਾਓਗੇ ਤੁਹਾਡੀ ਹੀ ਚਰਚਾ ਹੋਏਗੀ। ਅਤੇ ਮੀਨ ਰਾਸ਼ੀ ਵਾਲੇ ਮਾਂ ਬਾਪ ਦਾ ਆਸ਼ੀਰਵਾਦ ਲੈ ਕੇ ਚੱਲੋਗੇ ਤਾਂ ਬਹੁਤ ਸਫਲ ਰਹੋਗੇ। ਬਹੁਤ ਸਾਰੇ ਦਰਸ਼ਕ ਪੁੱਛਦੇ ਹੋ, ਸੁਖਮਿੰਦਰ ਜੀ ਅਸੀਂ ਵੀ ਆ ਕੇ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਤਕਦੀਰ ਦਾ ਹਾਲ ਜਾਣਨਾ ਚਾਹੁੰਦੇ ਹਾਂ, ਤੁਹਾਡੇ ਤੋਂ ਰਤਨ ਅਤੇ ਰੁਦਰਾਕਸ਼ ਲੈ ਕੇ ਪਾਉਣਾ ਚਾਹੁੰਦੇ ਹਾਂ, ਵਾਸਤੂ ਦਾ ਵਿਜ਼ਿਟ ਕਰਾਉਣਾ ਚਾਹੁੰਦੇ ਹਾਂ ਜਾਂ ਨਕਸ਼ਾ ਚੈੱਕ ਕਰਾਉਣਾ ਚਾਹੁੰਦੇ ਹਾਂ। ਪਿਆਰੇ ਦਰਸ਼ਕੋ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਟਾਈਮ ਲੈ ਸਕਦੇ ਹੋ, ਫਿਰ ਆ ਕੇ ਪੁੱਛ ਸਕਦੇ ਹੋ ਜਾਂ ਟੈਲੀਫੋਨਿਕ ਅਪੁਆਇੰਟਮੈਂਟ ਵੀ ਲੈ ਸਕਦੇ ਹੋ। ਸਾਡਾ ਪਤਾ ਨੋਟ ਕਰ ਲਓ, ਐਸਟ੍ਰੋਲੋਜਰ ਸੁਖਮਿੰਦਰ, 30G ਸਰਾਭਾ ਨਗਰ, ਲੁਧਿਆਣਾ, ਪੰਜਾਬ, ਇੰਡੀਆ। ਫੋਨ ਨੰਬਰ 9417020533 ਅਤੇ ਵਟਸਐਪ ਨੰਬਰ 9872620533। ਜਾਣ ਤੋਂ ਪਹਿਲਾਂ ਇਹੀ ਕਹਾਂਗੇ, ਸਭ ਤੋਂ ਵੱਡਾ ਦਰਜਾ ਮਾਂ ਦਾ। ਜਦੋਂ ਵੀ ਘਰੋਂ ਜਾਂਦੇ ਹੋ ਮਾਂ ਦੇ ਚਰਨ ਛੁਕ ਜਾਈਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਈਓ, ਗੁਰੂ ਜਨਾ ਦੱਸੇ ਰਸਤੇ 'ਤੇ ਚੱਲਿਓ, ਝੂਠ ਨਾ ਬੋਲਿਓ, ਗਾਲਾਂ ਨਾ ਕੱਢਿਓ, ਕਿਸੇ ਦਾ ਮਾੜਾ ਨਾ ਕਰਿਓ, ਤਕਦੀਰ ਬਹੁਤ ਵਧੀਆ ਹੋ ਜੂਗੀ। ਧੀਆਂ ਨੂੰ ਕੁੱਖਾਂ 'ਚ ਨਾ ਮਾਰਿਓ, ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਈਓ, ਨਸ਼ਿਆਂ ਤੋਂ ਪਰਹੇਜ਼ ਕਰਿਓ ਅਤੇ 10 ਮੰਦ ਕੱਢ ਕੇ ਨੇਕ ਕੰਮਾਂ 'ਚ ਖਰਚ ਕਰਦੇ ਰਹੀਓ, ਤੁਹਾਡੀ ਸਾਰੀ ਲਾਈਫ ਬਹੁਤ ਵਧੀਆ ਹੋਏਗੀ। ਕੱਲ੍ਹ ਫਿਰ ਮਿਲਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ, ਕੱਲ੍ਹ ਤੱਕ ਲਈ ਨਮਸਕਾਰ।